ਅਕਾਲ ਜੀ, ਵੀਡੀਓ ਵੇਖ ਰਹੇ ਆਪ ਸਭ ਨੂੰ ਜੀ, ਆਇਆਂ ਨੂੰ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ। ਖਬਰ ਨਾਲ ਤੱਕ ਜ਼ਰੂਰ ਬਣੇ ਰਹਿਣਾ। ਜਿਨ੍ਹਾਂ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣ। ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ। ਲੋਕ ਸਭਾ ਚੋਣਾਂ 'ਚ ਖੜ ਹੋਣ ਵਾਲੇ ਹਨ ਵਿਰੋਧੀਆਂ ਦੀ ਸਿਮਰਜੀਤ ਸਿੰਘ ਨਾਲ ਆਖੀ ਇਹ ਗੱਲਬਾਤ। ਕੱਲ੍ਹ ਬੰਦਾ ਹੀ ਫਤਿਹ ਹਾਸਿਲ ਕਰ ਲੈਂਦਾ ਹੈ, ਇਕੱਲਾ ਬੰਦਾ ਹੀ ਫਤਿਹ ਹਾਸਿਲ ਕਰ ਲੈਂਦਾ, ਇਹ ਗੱਲ ਕਹੀ ਗਈ ਹੈ। ਸੰਗਰੂਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਲੋਕ ਸਭਾ ਸੰਗਰੂਰ ਤੋਂ ਉਮੀਦਵਾਰ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਅੱਜ ਪ੍ਰਚਾਰ ਕਰਨ ਲਈ ਵਿਖੇ ਪਹੁੰਚੇ, ਜਿੱਥੇ ਉਹਨਾਂ ਨੇ 1.5 ਸਾਲ ਵਿੱਚ ਮੈਂਬਰ ਪਾਰਲੀਮੈਂਟ ਹੁੰਦੇ ਹੋਏ ਹਨ ਅਤੇ ਆਪਣੇ ਵੱਲੋਂ ਕੀਤੇ ਕੰਮਾਂ ਵਿੱਚ ਲੋਕ ਸਾਹਮਣੇ ਬਿਆਨ ਕੀਤਾ। ਵਿਰੋਧੀਆਂ ਨੂੰ ਦੱਸਿਆ ਕਿ ਇਸ ਦੇ ਨਾਲ ਹੀ ਜਦੋਂ ਸਰਸਿਮਰਤ ਸਿੰਘ ਮਾਨ ਨੇ ਪੁੱਛਿਆ ਗਿਆ ਕਿ ਤੁਹਾਡਾ ਖਿਲਾਫ਼ ਕਾਂਗਰਸ ਦਾ ਸੁਖਪਾਲ ਸਿੰਘ ਖਹਿਰਾ ਨੇ ਖੜਾ ਕੀਤਾ ਤਾਂ ਉਹਨਾਂ ਕਿਹਾ ਕਿ ਚਾਹੇ ਮੇਰੇ ਖਿਲਾਫ਼ ਮੋਦੀ ਜਾਂ ਸੋਨੀਆ ਗਾਂਧੀ ਨੂੰ ਲੜਾ ਦਿਓ, ਐਵੇਂ ਤਾਂ ਤੁਸੀਂ ਡੱਡੂਆਂ ਵਾਂਗ ਮੁਕਾਬਲੇ ਕਰੀ ਜਾਂਦੇ ਹੋ। ਮਾਨ ਨੇ ਕਿਹਾ ਕਿ ਅਸੀਂ ਦਮ ਉਮੀਦਵਾਰ ਪੰਜਾਬ ਦੇ 2 ਹਰਿਆਣਾ ਅਤੇ ਖੜ੍ਹੇ ਕੀਤੇ ਗਏ ਹਨ, ਉਹਨਾਂ ਨੂੰ ਜਿੱਤ ਕੇ ਮੈਂਬਰ ਪਾਰਲੀਮੈਂਟ ਵਿੱਚ ਭੇਜੇ ਆ, ਫਿਰ ਦੇਖੋ ਮੈਂਬਰ ਪਾਰਲੀਮੈਂਟ ਵਿੱਚ ਕਿਸ ਤਰ੍ਹਾਂ ਤੁਹਾਡੇ ਮੁੱਦੇ ਚੁੱਕੇ ਜਾਂਦੇ ਹਨ। ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ।